ਦੁਨੀਆ ਬਣਾਉਣ ਵਾਲਿਆ, ਦੁਨੀਆ ਬਣਾਉਣ ਵਾਲਿਆ, ਸੇਵਕਾਂ ਦੀ ਲਾਜ ਦਾ ਤਾਂ ਸਦਾ ਹੀ ਬਚਾਈ ਤੂੰ, ਔਖੇ ਵੇਲੇ ਹੁੰਦਾ ਆ ਕੇ ਆਪ ਹੀ ਸਹਾਈ ਤੂੰ, ਰਾਖੀ ਆਪ ਆ ਕੇ ਕੀਤੀ ਪਹਿਲ ਆਦਤੀ, ਤੱਤੇ ਥੰਮ ਤੂੰ ਬਚਾ ਲਿਆ, ਦਾਤਾ ਧੰਨ ਨੇ ਕੁਦਰਤਾਂ ਤੇਰੀਆਂ, ਦੁਨੀਆ ਬਣਾਉਣ ਵਾਲਿਆ, ਦੁਨੀਆ ਬਣਾਉਣ ਵਾਲਿਆ, ਦੁਨੀਆ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਗੁਰਮਤਿ ਸਮਾਗਮ ਵਿੱਚ ਜੁੜ ਬੈਠੇ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀਓ, ਹਾਜ਼ਰੀ ਪ੍ਰਵਾਨ ਕਰੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੀਸ ਚੁਕਾ ਕੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਸਾਹਿਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਓ। ਸਰਬੱਤ ਸੰਗਤਾਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀਨ ਦੁਨੀਆ ਦੇ ਵਾਲੇ, ਜਿਨ੍ਹਾਂ ਦੇ 550 ਸਾਲਾਂ ਪੁਰਬ ਨੂੰ ਇਹ ਸਮਰਪਿਤ ਸਮਾਗਮ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ, ਔਰ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਆਪ ਸ਼ਾਮਾਂ ਤੋਂ ਬੈਠ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ
ਵੱਡ ਵਡੇਰਿਆਂ ਦਾ ਇਤਿਹਾਸ ਕਥਾ ਕੀਰਤਨ ਸਰਵਣ ਕਰ ਰਹੇ ਸੀ ਵੱਡਿਆਂ ਭਾਗਾਂ ਵਾਲਿਓ। ਸਾਡੇ ਤੋਂ ਪਹਿਲਾਂ ਸਿੰਘ ਸਾਹਿਬ ਭਾਈ ਸਾਹਿਬ ਬਲਵਿੰਦਰ ਸਿੰਘ ਜੀ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਉਹਨਾਂ ਨੂੰ ਆਪ ਸਰਵਣ ਕਰ ਰਹੇ ਸੀ। ਇੱਕ ਜਗੀਸ਼ ਰਿਸ਼ੀ ਹੋਇਆ ਹੈ ਉਹ ਅਲਾਹਾਬਾਦ ਦੇ ਮੁਕਾਮ ਤੇ ਤਪ ਕਰਦਾ ਸੀ। ਦੇਵਤਿਆਂ ਤੇ ਦੈਂਤਾਂ ਦਾ ਯੁੱਧ ਹੋਇਆ, ਬਹੁਤ ਵੱਡਾ ਯੁੱਧ ਹੋਇਆ ਤੇ ਜਿਹਦੇ ਵਿੱਚ ਦੇਵਤੇ ਹਾਰ ਗਏ ਤੇ ਦੈਂਤ ਜਿੱਤ ਗਏ। ਦੇਵਤੇ ਹਾਰੇ ਹੋਏ ਨੱਸ ਕੇ ਆਣ ਕੇ ਇਹ ਵਿਸ਼ਨੂੰ ਦੇ ਕੋਲ ਪਹੁੰਚੇ ਤੇ ਨਾ ਆਣ ਕੇ ਆਖਿਆ ਵੀ ਸਾਡੇ ਦੁੱਖ ਦਾ ਕੋਈ ਇਲਾਜ ਕਰੋ, ਵਿਸ਼ਨੂੰਆਂ ਦਾ ਮੇਰੇ ਕੋਈ ਇਲਾਜ ਨਹੀਂ। ਉਹਨਾਂ ਆਖਿਆ ਫਿਰ ਵੀ ਅਸੀਂ ਦੈਂਤਾਂ ਤੋਂ ਹਾਰ ਗਏ ਹਾਂ ਤਾਂ ਕਿ ਅਸੀਂ ਦੈਂਤਾਂ ਤੇ ਜਿੱਤ ਪ੍ਰਾਪਤ ਕਰ ਜਾਈਏ। ਇਹਨੇ ਆਖਿਆ ਹਾਂ ਤੁਹਾਡਾ ਇਲਾਜ ਹੋ ਸਕਦਾ ਆ। ਅਲਾਹਾਬਾਦ ਦੇ ਮੁਕਾਮ ਤੇ ਇੱਕ ਬੰਦਾ ਤਪ ਕਰ ਰਿਹਾ ਹੈ ਜਿਹਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਨਿਹੰਗ ਆਖਿਆ ਹੈ ਤੇ ਨਿਹੰਗ ਦੇ ਅਰਥ ਭਾਵ ਹੰਗਤਾ ਤੋਂ ਰਹਿਤ, ਜਿਹਦੇ ਵਿੱਚ ਹੰਗਤਾ ਨਹੀਂ। ਉਹਦੇ ਕੋਲ ਚਲੇ ਜਾਓ, ਸ਼ਾਇਦ ਤੁਹਾਡਾ ਇਲਾਜ ਹੋ ਜਾਵੇ। ਇਹ ਦੇਵਤੇ ਗਏ, ਉਹਦੀ ਸਮਾਧੀ ਲੱਗੀ ਹੋਈ ਸੀ, ਇਹਨਾਂ ਨੇ ਸਮਾਧੀ ਜਾ ਕੇ ਤੋੜੀ। ਉਹਨੇ ਆਖਿਆ ਆਓ ਕਿਵੇਂ ਆਏ ਜੇ? ਇਹਨਾਂ ਆਖਿਆ ਜੀ ਅਸੀਂ ਦੈਂਤਾਂ ਤੋਂ ਹਾਰ ਗਏ ਹਾਂ, ਸਾਡੀ ਮਦਦ ਕੀਤੀ ਜਾਵੇ, ਅਸੀਂ ਦੈਂਤਾਂ ਤੇ ਜਿੱਤ ਪ੍ਰਾਪਤ ਕਰ ਲਈਏ। ਉਹ ਕਹਿਣ ਲੱਗਾ ਜਿੱਤ ਪ੍ਰਾਪਤ ਹੋ ਜਾਵੇਗੀ ਪਰ ਕੁਝ ਸਮਾਂ ਰੁਕਣਾ ਪਵੇਗਾ, ਮੇਰੀ ਭਗਤੀ ਵਿੱਚ ਅਜੇ ਥੋੜ੍ਹਾ ਸਮਾਂ ਰਹਿ ਗਿਆ ਹੈ ਤੇ ਜਦੋਂ ਸਮਾਂ ਪੂਰਾ ਹੋ ਗਿਆ ਮੇਰੀ ਭਗਤੀ ਪੂਰੀ ਹੋ ਜਾਣੀ ਆ। ਫਿਰ ਭਗਤੀ ਪੂਰੀ ਹੋ ਗਈ ਤੇ ਮੈਂ ਆਪਣਾ ਸਰੀਰ ਛੱਡ ਦੇਣਾ ਆ, ਮੇਰਾ ਜਿਹੜਾ ਸਰੀਰ ਹੋਣਾ ਆ ਉਹਦਾ ਸੰਸਕਾਰ ਹੋ ਜਾਣਾ ਆ, ਲੱਕੜਾਂ ਨਹੀਂ ਹੋਣੀਆਂ, ਮੇਰੇ ਅੰਦਰੋਂ ਹੀ ਅੱਗ ਪੈਦਾ ਹੋਣੀ ਆ, ਉਹਦੇ ਨਾਲ ਸੰਸਕਾਰ ਹੋਣਾ ਹੈ। ਤੇ ਜਦੋਂ ਉਹ ਠੰਡਾ ਹੋ ਗਿਆ ਉਹਨੂੰ ਫੋਲ ਲਿਓ, ਉਹਦੇ ਵਿੱਚੋਂ ਜਿਹੜੀਆਂ ਹੱਡੀਆਂ ਨਿਕਲਣਗੀਆਂ ਉਹਨੂੰ ਪਾਣੀ ਵਿੱਚ ਪਾ ਲਿਓ, ਉਹਨਾਂ ਹੱਡੀਆਂ ਨੂੰ ਉਹਨਾਂ ਪਾਣੀ ਉਸ ਪਾਣੀ ਦੇ ਨਾਲ ਆਪਣੇ ਸ਼ਸਤਰ ਧੋ ਲਿਓ ਤੇ ਦੁਨੀਆਂ ਦੇ ਇਹਨਾਂ ਰਾਕਸ਼ਾਂ ਤੇ ਦੈਂਤਾਂ ਤੇ ਜਿੱਤ ਪ੍ਰਾਪਤ ਕਰ ਜਾਓਗੇ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਨੇ ਆਖਿਆ ਹੈ ਉਹ ਦੁਨੀਆਂ ਦੇ ਲੋਕੋ, ਜਗੀਸ਼ ਰਿਸ਼ੀ ਨੇ ਤੇ ਇਹ ਗੱਲ ਕਹੀ ਸੀ ਜਿਨ੍ਹਾਂ ਨੇ ਮੇਰੇ ਹੱਡੀਆਂ ਪਾਣੀ ਵਿੱਚ ਪਾ ਕੇ ਉਸ ਪਾਣੀ ਦੇ ਨਾਲ ਸ਼ਸਤਰ ਧੋ ਲਏ ਉਹ ਦੈਂਤਾਂ ਤੇ ਜਿੱਤ ਪ੍ਰਾਪਤ ਕਰ ਜਾਣਗੇ, ਪਰ ਜਿਨ੍ਹਾਂ ਨੇ ਮੇਰਾ ਖੰਡਾ ਧੋ ਕੇ ਪੀ ਲਿਆ ਇਸ ਦੁਨੀਆਂ ਦੇ ਰਾਕਸ਼ਾਂ ਤੇ ਜਿੱਤ ਪ੍ਰਾਪਤ ਕਰਨਗੇ, ਦੈਂਤਾਂ ਤੇ ਜਾਬਰਾਂ ਤੇ ਜਿੱਤ ਪ੍ਰਾਪਤ ਕਰਨਗੇ, ਉਹ ਆਪਣੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਪੰਜਾਂ ਡਾਕੂਆਂ ਤੇ ਵੀ ਜਿੱਤ ਪ੍ਰਾਪਤ ਕਰ ਜਾਣਗੇ। ਉਹ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਸਾਜਨਾ ਦਿਵਸ, ਖਾਲਸੇ ਦਾ ਸਾਜਨਾ ਦਿਵਸ, ਜਿਨ੍ਹਾਂ ਨੇ ਜੀਵ ਨੂੰ ਹਰ ਪੱਖ ਤੋਂ ਪੂਰਿਆ ਕੀਤਾ ਹੈ, ਖਾਲਸਾ ਜੀ ਸਿੰਘ ਸਾਹਿਬ ਹੋਣਾ ਇਹ ਸ਼ੁਰੂ ਕੀਤਾ ਸੀ, ਕਸ਼ਮੀਰ ਦੇ ਲੋਕ ਵਿਦਵਾਨ ਪੰਡਿਤ ਇਹ ਆਣ ਕੇ ਬੇਨਤੀ ਕਰਦੇ ਨੇ ਸ਼੍ਰੀ ਅਨੰਦਪੁਰ ਸਾਹਿਬ ਤੇ ਕਲਗੀ ਵਾਲੇ ਪਾਤਸ਼ਾਹ 8.5 ਸਾਲ ਦੇ ਉਸ ਵੇਲੇ ਆ, ਆਪਣੇ ਬਾਪੂ ਨੂੰ ਹਿੰਦੁਸਤਾਨ ਦਾ ਜੰਨੂ ਤੇ ਟਿੱਕਾ ਬਚਾਉਣ ਦੀ ਖਾਤਰ ਸ਼ਹੀਦ ਹੋਣ ਵਾਸਤੇ ਦਿੱਲੀ ਨੂੰ ਤੋਰ ਦਿੱਤਾ ਆ। ਇਹ ਨਹੀਂ ਵੇਖਿਆ ਕਿ ਮੈਂ ਯਤੀਮ ਹੋ ਜਾਵਾਂਗਾ, ਨਵੇਂ ਪਾਤਸ਼ਾਹ ਨੇ ਆਖਿਆ ਇੱਕ ਵਾਰ ਸਤਿਗੁਰੂ ਕਹਿੰਦੇ ਪਿਤਾ ਜੀ ਮੈਂ ਤੇ ਯਤੀਮ ਹੋ ਕੇ ਵੀ ਗੁਜ਼ਾਰਾ ਕਰ ਲਵਾਂਗਾ ਪਰ ਇਹਨਾਂ ਲੋਕਾਂ ਦੇ ਅੱਖਾਂ 'ਚ ਮੈਂ ਅੰਸੂ ਨਹੀਂ ਵੇਖ ਸਕਦਾ। ਜਾਓ ਇਹਨਾਂ ਨਤਾਣਿਆਂ ਦਾ, ਮਜ਼ਲੂਮਾਂ ਦਾ ਧਰਮ ਬਚਾਉਣ ਵਾਸਤੇ ਕੁਰਬਾਨੀ ਕਰ ਜਾਓ। ਸ਼ਹੀਦੀ ਦਿੱਤੀ, ਹਿੰਦੁਸਤਾਨ ਦਾ ਜੰਨੂ ਤੇ ਟਿੱਕਾ, ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਖਤਰਾ, ਸ਼ਹਾਦਤ ਦਾ ਵਾਸਤਾ, ਸ਼ਹਾਦਤ ਦਾ ਬਦਲਾ ਕਾਇਮ ਰਿਹਾ। ਇਹ ਲਿਖਾਰੀ ਇਸ ਗੱਲ ਨੂੰ ਮੰਨਦੇ ਜੇ ਮਹਾਰਾਜ ਨੇ ਤਲਵਾਰ ਉਠਾਈ ਆ ਸਾਰੇ ਤਰੀਕੇ, ਕਿਉਂਕਿ ਪਹਿਲਾ ਤਰੀਕਾ ਇਹ ਹੈ ਸ਼ਾਂਤਮਈ ਸ਼ਹਾਦਤਾਂ ਦੇਈ ਜਾਂਦੇ, ਇਹ ਨੁਸਖਾ ਅਜਮਾ ਲਿਆ। ਦੂਜਾ ਰਸਤਾ ਆ ਭੋਰਾ ਪੁੱਟ ਲੈਂਦੇ, ਮਾਲਾ ਫੇਰੀ ਜਾਂਦੇ, ਚੜਾੜਾ ਚੜਾਉਣ ਵਾਲੇ ਬੜੇ ਸਨ, ਮੱਥਾ ਟੇਕਣ ਵਾਲਿਆਂ ਦਾ ਕੋਈ ਘਾਟਾ ਨਹੀਂ ਸੀ,
परम जलूमां ते जुलम हुंदा वेख के जरी जांदे गुरदेव दी बलवान आत्मा ने रस्ता प्रवान ने कीता। आखरी तीसरा ते आखरी रस्ता आ तलवार लैके मजलूमां नूं हक दवाउण वास्ते सूदरां नूं सरदारियां बख्शण वास्ते डगे होए लोकां नूं उपर उठाउण वास्ते जीवन दी जाच सिखाउण वास्ते महाराज तैयारी करदे ते सतगुरां ने यह रस्ता अपनाया। 18 साल दे होए ने फौजां तैयार हो चुकियां घोड़े ते शस्त्र तैयार होए ने सतगुरु अपने योधियां दी कवैद वेखदे योधे सूरमे तीर तलवार नेजा बाजी घोड़ दौड़ भलत्था ये खेडदे ते महाराज खुश होंदे सतगुरु इन्हां सूरमियां दे अंदर जोश भर रहे सन। एक दिन दीवान नंद चंद नूं हुकम होया दीवान साहब अकाल पुरख दे ए फौज तैयार हो चुकी है ते छेवें पातशाह महाराज दे बख्शे हुए निशान भी कोल ने। खालसा जी छेवें पातशाह ने जिहड़ी जंग चौथी जंग दुआबे दी धरती ते करतारपुर वाली जंग ये 1634 विच लड़ी है ते इस समय नूं बहुत समा हो जांदा है जदों महाराज नूं तैयारी करनी पैंदी है सतगुरां नूं नवें सिरों सारी तैयारी करनी पई है। वह पुराने जरनैल ना रहे घोड़े ते शस्त्र ना रहे सतगुरु महाराज दीवान नंद चंद नूं कहण लगे एक सुंदर नगाड़ा मर के पेश करो। एक नगाड़ा मर के दीवान चंद ने कलगियां वाले पातशाह दे सामने रखिया। गुरदेव ने आख्या कि सूरमा उठो जिहड़ा इस नगारे ते चोट लावे। एक सूरमा उठिया उन्हें लाई आ चोट पहाड़ियां गूंज उठिया सतगुरु दे सूरमे घोड़ियां ते सवारी करदे जंगलां च पहाड़ां च शिकार खेड़दे नगारे खड़काउंदे। कलगियां वाले पातशाह महाराज दे नगारे दी धुम सुन के कैर दिल जिवें धड़कदे जिवें कंबदे ये प्रसंग आप जी दी सेवा च है ऐउं शुरू गुरु दसवें नगारे चोट मारियां सिख संगत आनंद होइयां सारियां होइयां ਵਿੱਚ ਲਿਖੇ ਘਟਨਾਵਾਂ ਅੱਖੀ ਡਿੱਠੀਆਂ ਗੱਲ
ਲਿਖ ਸਕੇ ਨਾ ਕਲਮ ਜਿੰਨੀ ਸ਼ਾਨ ਸੀ, ਸੀਸ ਵੇਖ ਕੇ ਝੁਕਾਉਂਦੇ ਵਿਸ਼ਨੂੰ ਮਕੰਦ ਸੀ, ਆਨੰਦਪੁਰੀ ਵਿੱਚ ਗੁਰੂ ਦਸਵੇਂ ਆਨੰਦ ਸੀ। ਹੁਣ ਬਾਈ ਤਾਰ ਇਕੱਠੇ ਹੋ ਕੇ ਆਉਣਗੇ, ਬਾਈ ਤਾਰ ਇਕੱਠੇ ਹੋ ਕੇ ਆਉਣਗੇ, ਮੱਥਾ ਦਸਵੇਂ ਗੁਰਾਂ ਦੇ ਨਾਲ ਲਾਉਣਗੇ, ਜਿਵੇਂ ਨਗਾਰਾ ਖੜਕਿਆ, ਉਹਦੇ ਸੀਨੇ ਲੱਗੀ ਅੱਗ, ਕਲੇਜਾ ਧੜਕਿਆ, ਕਹਿੰਦਾ ਅੱਜ ਤੱਕ ਮੇਰੀ ਜੂਹ ਚ ਚਿੜਾ ਨੇ ਫੜਕਿਆ। ਇਹ ਕੌਣ ਕੋਈ ਰਣਵੀਰ ਨਵਾਂ ਹੀ ਵਾਜਾਂ ਮਾਰਦਾ ਹੈ, ਕੌਣ ਕੋਈ ਰਣਵੀਰ ਨਵਾਂ ਹੀ ਧੜਕਿਆ, ਇਹ ਕੌਣ ਹੈ ਆਪਣੀ ਅਜਲ ਨੂੰ ਵਾਜਾਂ ਮਾਰਦਾ ਹੈ, ਜਦ ਰਾਜਪੂਤਾਂ ਦੀ ਵੇਖੇ ਹੱਥ ਤਲਵਾਰ ਦਾ, ਹਰ ਰਣ ਵਿੱਚ ਲੱਥੂ ਚਾਹ, ਉਸ ਸ਼ਾਹ ਸਵਾਰ ਦਾ ਕਹਿੰਦਾ ਕੌਣ, ਬਾਦਸ਼ਾਹ ਦਾ ਹੁਕਮ ਹੈ ਸਿਰ 'ਤੇ ਕੋਈ ਕੱਪੜਾ ਨਹੀਂ ਲੈ ਸਕਦਾ, ਅਰਬੀ ਘੋੜੇ 'ਤੇ ਸਵਾਰੀ ਨਹੀਂ ਕਰ ਸਕਦਾ, ਮੰਦਿਰ ਵਿੱਚ ਜਾ ਕੇ ਆਰਤੀ ਨਹੀਂ ਉਤਾਰ ਸਕਦਾ, ਟਲੀਆਂ ਨਹੀਂ ਵਜਾ ਸਕਦਾ, ਢੋਲਕੀ ਨਹੀਂ ਵਜਾ ਸਕਦਾ। ਇਹ ਨਗਾਰੇ ਖੜਕਾ ਰਿਹਾ, ਇਹਦੇ ਮੰਤਰੀਆਂ ਵਿੱਚ ਇੱਕ ਪਰਮਾਨੰਦ ਮੰਤਰੀ ਨੇਕ ਸੁਭਾਅ ਦਾ ਬੰਦਾ ਹੈ, ਕਹਿੰਦਾ ਰਾਜਾ ਸਾਹਿਬ ਨਵੇਂ ਪਾਤਸ਼ਾਹ ਦੇ ਪੁੱਤਰ ਨੇ, ਦਸਵੇਂ ਗੁਰੂ ਨੇ, ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਦਸਵੇਂ ਵਾਰਸ ਸੰਤ ਨੇ, ਪੈਗੰਬਰ ਨੇ, ਅਵਤਾਰ ਨੇ, ਉਹਨਾਂ ਨੂੰ ਕਿਸੇ ਜਾਇਦਾਦ ਦੀ, ਕਿਸੇ ਰਾਜ ਦੀ ਭੁੱਖ ਨਹੀਂ, ਉਹ ਤੇ ਪਰਉਪਕਾਰ ਕਰਨ ਵਾਸਤੇ ਮੁਕਤੀ ਦੇ ਦਾਤਾ ਸੰਸਾਰ ਤੇ ਆਏ ਨੇ, ਉਹਨਾਂ ਦੇ ਨਾਲ ਬਣਾ ਕੇ ਰੱਖਣੀ ਚਾਹੀਦੀ ਆ। ਉਹਨਾਂ ਦੇ ਦਾਦਾ ਜੀ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਵੱਡ ਵਡੇਰੇ 52 ਰਾਜੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਾ ਕੇ, ਬਾਦਸ਼ਾਹ ਜਹਾਂਗੀਰ ਦੇ ਨਾਲ ਸੁਲਾਹ ਕਰਾ ਕੇ, ਰਾਹ ਖਰਚ ਦੇ ਕੇ ਘਰ ਘਰ ਪਹੁੰਚਾਏ ਸਨ। ਉਹਨਾਂ ਦੇ ਪਿਤਾ ਜੀ ਨੇ ਹਿੰਦੁਸਤਾਨ ਦਾ ਜਨੂ ਤੇ ਟਿੱਕਾ ਰੱਖਣ ਦੀ ਖਾਤਰ ਸ਼ਹੀਦੀ ਦਿੱਤੀ ਆ, ਉਹਨਾਂ ਦੇ ਨਾਲ ਮੇਲ ਮਿਲਾਪ ਰੱਖਣਾ ਚਾਹੀਦਾ ਆਪਣੇ ਗੁਆਂਢੀ ਨੇ। ਰਾਜਾ ਭੀਮ ਚੰਦ ਕਹਿੰਦਾ ਫਿਰ ਜੇ ਇਹ ਗੱਲ ਹੈ ਗੁਰੂ ਦੇ ਕੋਲੋਂ ਸਮਾਂ ਲੈ ਕੇ ਆਓ, ਮੈਂ ਕਦੋਂ ਮਿਲਣ ਵਾਸਤੇ ਜਾਵਾਂ। ਹੁਣ ਪਰਮਾਨੰਦ ਮੰਤਰੀ ਗਿਆ ਹੈ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚਿਆ, ਨਮਸਕਾਰ ਕੀਤੀ, ਦਰਸ਼ਨ ਦਾਰੇ ਕੀਤੇ, ਕਹਿਣ ਲੱਗਾ ਸੱਚੇ ਪਾਤਸ਼ਾਹ ਰਾਜਾ ਭੀਮ ਚੰਦ ਆ, ਆਹ ਗਵਾਂਢੀ ਬਿਲਾਸਪੁਰੀ ਆ, ਬਾਹੀਆਂ ਰਾਜਿਆਂ ਦਾ ਸਰਮਾਉਰ ਆ, ਅਤੇ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ, ਕਦੋਂ ਆਵੇ? ਕਹਿੰਦਾ ਸਮਾਂ ਲੈ ਕੇ ਆਓ। ਮਹਾਰਾਜ ਕਹਿੰਦੇ ਜਦੋਂ ਮਰਜ਼ੀ ਆ ਜਾਵੇ। ਪਰਮਾਨੰਦ ਜੀ, ਗੁਰੂ ਨਾਨਕ ਦੇ ਘਰ ਵਿੱਚ ਆਉਣ ਵਾਲੇ ਸਵਾਲੀ ਨੂੰ ਕਦੇ ਕੁੰਡੀ ਨਹੀਂ ਖੜਕਾਉਣੀ ਪੈਂਦੀ, ਜਦੋਂ ਕੋਈ ਮਰਜ਼ੀ ਆਵੇ, ਜਦੋਂ ਕੋਈ ਮਰਜ਼ੀ ਜਾਵੇ, ਪਰ ਯਾਦ ਰੱਖਣਾ ਗੁਰੂ ਨਾਨਕ ਦਾ ਘਰ ਇੱਕ ਸ਼ੀਸ਼ੇ ਦੀ ਨਹੀਂ। ਇਨਸਾਨ ਜਿਹੋ ਜਿਹੀ ਇੱਛਾ ਲੈ ਕੇ ਆਵੇਗਾ, ਫਲ ਉਹੋ ਜਿਹਾ ਪ੍ਰਾਪਤ ਹੋਵੇਗਾ। ਆਪਣੇ ਮਾਲਕ ਰਾਜੇ ਭੀਮ ਚੰਦ ਨੂੰ ਕਹਿਣਾ ਜਦੋਂ ਮਰਜ਼ੀ ਆ ਜਾਓ, ਅਸੀਂ ਯੋਗ ਆਦਰ ਵੀ ਕਰਾਂਗੇ, ਉਹਨੂੰ ਮਿਲਾਂਗੇ, ਪਿਆਰ ਕਰਾਂਗੇ, ਮਿਲਣ ਵਾਸਤੇ ਤਿਆਰ ਹੈ। ਪਰਮਾਨੰਦ ਮੰਤਰੀ ਆ ਗਿਆ ਸ੍ਰੀ ਬਿਲਾਸਪੁਰ ਆਨੰਦਪੁਰ ਸਾਹਿਬ ਤੋਂ, ਇਹਨੇ ਦੱਸਿਆ ਰਾਜਾ ਸਾਹਿਬ ਇਹ ਹਿਮਾਚਲ ਦੇ ਵਿੱਚ ਹੈ ਅਤੇ ਆਨੰਦਪੁਰ ਸਾਹਿਬ ਦੇ ਨਾਲ ਹੀ ਹੈ, ਇਹ ਰਿਆਸਤ ਬਿਲਾਸਪੁਰ ਸ਼ਹਿਰ ਇਹ ਰਿਆਸਤ ਸੀ। ਇਹਨੇ ਆਖਿਆ ਰਾਜਾ ਸਾਹਿਬ ਗੁਰੂ ਤੇ ਬੜੇ ਹੀ ਚੰਗੇ, ਬੜੇ ਹੀ ਨਿਰਵੈਰ ਹੈ, ਕਿਉਂਕਿ ਚੰਗਾ ਬੰਦਾ ਹੋਵੇ ਨਾ ਵਿੱਚ ਉਹ ਭਰਾਵਾਂ ਦਾ ਮਿਲਾਪ ਕਰਾ ਦਿੰਦਾ, ਅਤੇ ਜੇ ਕੋਈ ਪੈ ਜਾਵੇ ਉਹੋ ਜਿਹਾ ਉਹ ਸਿਰ ਵਢਾ ਦਿੰਦਾ। ਬੰਦਾ ਆਪਣੇ ਆਪਣੇ ਸੁਭਾਅ ਤੋਂ ਮਜਬੂਰ ਹੁੰਦਾ, ਉਹਦੇ ਵੱਸ ਨਹੀਂ ਹੁੰਦਾ। ਜਿਸ ਵੇਲੇ ਇਹਨੇ ਜਾ ਕੇ ਦੱਸਿਆ ਤੇ ਰਾਜਾ ਭੀਮ ਚੰਦ ਕਹਿੰਦਾ ਸ਼ਾਹ ਅਸਲ ਵਿੱਚ ਇਹਨੂੰ ਨਾ ਇਹ ਗੱਲਾਂ ਅਸਰ ਉਲਟ ਕਰ ਗਈਆਂ, ਇਹ ਸੋਚਦਾ ਆਖਰ ਮੇਰੀ ਤਾਕਤ ਵਾ ਕੋਈ, ਉਹ ਮੈਂ ਬਾਹੀਆਂ ਰਾਜਿਆਂ ਦਾ ਸਰਮੌਰ, ਐਡੀ ਵੱਡੀ ਸ਼ਕਤੀ, ਤਾਂ ਹੀ ਗੁਰੂ ਕਹਿੰਦਾ ਐਵੇਂ ਨਹੀਂ, ਗੁਰੂ ਕਹਿੰਦਾ ਰਾਜਾ ਜਦੋਂ ਮਰਜ਼ੀ ਆ ਜਾਵੇ। ਇਹਨੇ ਤਿਆਰੀ ਸ਼ੁਰੂ ਕੀਤੀ, ਕਿਉਂਕਿ ਇੱਕ ਸਵੰਤੀ ਬੂੰਦ ਵਿਦਵਾਨ ਕਹਿੰਦੇ ਅੰਬਰ ਚੋਂ ਗਿਰਦੀ ਆ, ਬੰਦੇ ਦੇ ਸਿਰ 'ਚ ਪੈ ਜਾਵੇ ਨਾ ਉਹਦਾ ਭਾਗ ਵੱਧ ਜਾਂਦਾ, ਜੇ ਕਦੇ ਉਹ ਸਵੰਤੀ ਬੂੰਦ ਘਾਹ 'ਤੇ ਪੈ ਜਾਵੇ ਘਾਹ ਦਾ ਰੰਗ ਚਿੱਟਾ ਹੋ ਜਾਂਦਾ, ਉਹਨੂੰ ਖਾ ਲਵੇ ਹਿਰਨ
ਉਹਦੀ ਨਾਭੀ ਵਿੱਚ ਕਸਤੂਰੀ ਪੈਦਾ ਹੁੰਦੀ ਹੈ। ਜੇ ਕਿਤੇ ਉਹ ਕੇਲੇ ਦੇ ਕਰੂੰਬਲ ਵਿੱਚ ਪੈ ਜਾਵੇ ਕਪੂਰ ਪੈਦਾ ਹੁੰਦਾ ਹੈ, ਬੇਰੀ ਤੇ ਪੈ ਜਾਵੇ ਚੰਦਨ ਦੀ ਮਹਿਕ ਆਉਣ ਲੱਗ ਜਾਂਦੀ ਹੈ। ਜੇ ਕਿਤੇ ਉਹ ਸੱਪ ਦੇ ਸਿਰ ਵਿੱਚ ਪੈ ਜਾਵੇ ਉਹ ਮਣੀ ਪੈਦਾ ਕਰਦਾ, ਬਬੀਹੇ ਦੇ ਸਿਰ ਵਿੱਚ ਪੈ ਜਾਵੇ ਉਹਦੀ ਪਿਆਸ ਬੁੱਝ ਜਾਂਦੀ ਹੈ, ਤੇ ਜੇ ਗਿੱਦੜ ਦੇ ਸਿਰ ਵਿੱਚ ਪੈ ਜਾਵੇ ਹਲਕਾ ਜਾਂਦਾ। ਬੋਨ ਤੇ ਬੜੀ ਵਧੀਆ ਫਿੱਟ ਗਿੱਦੜ ਦੇ ਨਹੀਂ, ਗੱਲਾਂ ਬੜੀਆਂ ਚੰਗੀਆਂ ਸੀ ਰਾਜੇ ਭੀਮ ਚੰਦ ਦੇ, ਫਿੱਟ ਨਾ ਆਈਆਂ ਅਸਰ ਉਲਟ ਕਰ ਗਈਆਂ। ਇਹਨੇ ਤਿਆਰੀ ਸ਼ੁਰੂ ਕੀਤੀ, ਰੇਸ਼ਮੀ ਚੋਲਾ ਪਹਿਨਿਆ, ਗਲ ਵਿੱਚ ਹੀਰਿਆਂ ਦੀ ਮਾਲਾ, ਸਿਰ ਤੇ ਨੋਕਦਾਰ ਪਾਗਲ ਬੰਨ ਕੇ ਕਲਗੀ ਲਾਈ, ਚੂੜੀਦਾਰ ਪਜਾਮਾ ਤੇ ਤਿੱਲੇਦਾਰ ਖੁੱਸਾ ਪਾ ਕੇ ਆਦਮ ਕੱਦ ਸ਼ੀਸ਼ੇ ਦੇ ਸਾਹਮਣੇ ਹੋਇਆ ਰਾਜਾ ਭੀਮ ਚੰਦ। ਇਹਨੇ ਵੇਖੀ ਆਪਣੀ ਸ਼ਾਨ, ਕਹਿੰਦਾ ਰਾਜਾ ਭੀਮ ਚੰਦ ਅੱਜ ਤੇਰਾ ਇੰਨਾ ਟੌਰ ਹੈ, ਕਦੇ ਹਿੰਦੁਸਤਾਨ ਦਾ ਬਾਦਸ਼ਾਹ ਔਰੰਗਜ਼ੇਬ ਤੈਨੂੰ ਰਸਤੇ ਵਿੱਚ ਮਿਲੇ ਉਹ ਝੋਕੇ ਸਲਾਮ ਕਰੇਗਾ, ਇਹ 18 ਸਾਲ ਦਾ ਗੁਰੂ ਨਹੀਂ ਝੁਕੂਗਾ। ਹੰਕਾਰ ਦੇ ਘੋੜੇ ਤੇ ਸਵਾਰ ਹੋਇਆ ਰਾਜਾ ਭੀਮ ਚੰਦ ਆਨੰਦਪੁਰ ਸਾਹਿਬ ਪਹੁੰਚ ਗਿਆ। ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦਾ ਦਰਬਾਰ ਲੱਗਿਆ, ਸਤਿਗੁਰੂ ਸਿੰਘਾਸਨ ਤੇ ਵੀਰ ਆਸਨ ਬਰਾਜਮਾਨ ਨੇ, ਗੁਰਦੇਵ ਦੇ ਸੀਸ ਤੇ 2.5 ਲੱਖ ਰੁਪਈਏ ਦੀ ਰਕਮ ਨਾਲ ਤਿਆਰ ਹੋਈ ਪਸ਼ਮੀਨੇ ਦੀ ਚਾਨਣੀ ਸ਼ੋਭਾ ਪਾ ਰਹੀ ਹੈ। ਗੁਰਦੇਵ ਦੇ ਪਿਛਲੇ ਪਾਸੇ ਪ੍ਰਸ਼ਾਦੀ ਹਾਥੇ ਸੁੰਡ ਵਿੱਚ ਚੌਰ ਲੈ ਕੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਸੀਸ ਤੇ ਚੌਰ ਚਲਾ ਰਿਹਾ ਹੈ। ਸਜੇ ਗੋਡੇ ਲਾਗੇ 5 ਕਲਾ ਸ਼ਸਤਰ ਪਿਆ ਹੋਇਆ ਹੈ, ਜਿਹਦਾ ਬਟਨ ਦਬਾਉਣ ਨਾਲ ਵਾਰੀ ਵਾਰੀ 5 ਸ਼ਸਤਰ ਬਣਦੇ ਨੇ, ਫਿਰ ਬਟਨ ਦਬਾਉਣ ਦੇ ਨਾਲ ਇੱਕ ਹੀ ਬਣ ਜਾਂਦਾ ਹੈ। ਕਾਰੀਗਰ ਦੀ ਕਮਾਲ ਸੀ। ਗੁਰਦੇਵ ਦੇ ਖੱਬੇ ਗੋਡੇ ਲਾਗੇ ਚੰਦਨ ਦੀ ਚੌਂਕੀ ਪਈ ਹੈ, ਜਿਹਦਾ ਬਟਨ ਦਬਾਉਣ ਦੇ ਨਾਲ ਹਾਥੀ ਦੰਦੀਆਂ ਪੁਤਲੀਆਂ ਨਿਕਲਦੀਆਂ ਤੇ ਸ਼ਤਰੰਜ ਖੇਡਣ ਲੱਗ ਜਾਂਦੀਆਂ ਨੇ। ਗੁਰਦੇਵ ਦੇ ਸਜੇ ਬੰਨੇ ਸੂਰਮੇ ਬੈਠੇ ਨੇ, ਬਹਾਦਰ ਬੈਠੇ ਨੇ, ਜਰਨੈਲ ਬੈਠੇ ਨੇ, ਜਿਨ੍ਹਾਂ ਦੇ ਗਲਾਂ ਵਿੱਚ ਵੱਡੀਆਂ ਤਲਵਾਰਾਂ, ਮੋਹਰਾਂ ਤੇ ਢਾਲੇ, ਮੋਢਿਆਂ ਤੇ ਤੀਰ ਕਮਾਨ, ਤੀਰਾਂ ਨਾਲ ਭਰੇ ਹੋਏ ਪੱਥੇ, ਸਿਰਾਂ ਦੇ ਦਮਾਲੇ, ਦਮਾਲਿਆਂ ਦੇ ਚੜੇ ਹੋਏ 6-6 ਚੱਕਰ, ਕੁੰਡੀਆਂ ਮੁੱਛਾਂ, ਕੜਿਆਂ ਨਾਲ ਅਰਕਾਂ ਤੱਕ ਭਰੀਆਂ ਹੋਈਆਂ ਬਾਹਾਂ। ਕਰੇ ਕੋਈ ਸੂਰਮਾ ਖੁਸ਼ੀ ਵਿੱਚ ਆਇਆ ਆਪਣੀ ਬਾਂਹ ਹਿਲਾਉਂਦਾ, ਕੜੇ ਤੇ ਕੜਾ ਠੀਕੇ, ਐਂਉਂ ਆਵਾਜ਼ ਆਉਂਦੀ ਜਿਵੇਂ ਇੰਦਰ ਦੀ ਬਿਜਲੀ ਧਰਤੀ ਦੇ ਆਣ ਕੜਕੀ ਹੋਵੇ। ਖੱਬੇ ਬੰਨੇ ਸੰਤ ਬੈਠੇ ਨੇ, ਜਿਨ੍ਹਾਂ ਦੇ ਗਲਾਂ 'ਚ ਖੁੱਲ੍ਹੇ ਚੋਲੇ, ਸਿਰਾਂ 'ਤੇ ਚਿੱਟੇ ਰੰਗ ਦੇ ਗੋਲ ਦਮਾਲੇ। ਗੁਰਦੇਵ ਦੇ ਸੂਰਮੇ ਸੰਤ, ਇੱਕ ਬੰਨੇ ਸੂਰਮੇ ਦੂਜੇ ਬੰਨੇ ਸੰਤ, ਹੱਥਾਂ ਵਿੱਚ ਸਿਮਰ ਨੇ, ਗਲਾਂ ਵਿੱਚ ਮਾਲਾ। ਲੰਘਦਾ ਲੰਘਦਾ ਮਾੜਾ ਜਿਹਾ ਚੋਰ ਜੀ ਆਖਣਾ ਇੱਧਰ ਨੂੰ ਵਹਿੰਦਾ ਹੈ, ਐਂ ਲੱਗਿਆ ਇੰਦਰਾਪੁਰੀ ਦੇ ਦੇਵਤੇ, ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਆਣ ਉਤਰੇ ਹੋਣ। ਹੁਣ ਮਹਾਰਾਜ ਦੇ ਨਜ਼ਦੀਕ ਆ ਗਿਆ, ਇਹਨੇ ਨਜ਼ਰ ਤਾਂ ਕਰਕੇ, ਨਿਗਾਹ ਤਾਂ ਕਰਕੇ ਸਤਿਗੁਰੂ ਦੇ ਚਿਹਰੇ ਵੱਲ ਤੱਕਿਆ। ਖੰਡੇ ਦੀ ਧਾਰ ਵਰਗਾ ਤਿੱਖਾ ਨੱਕ, ਮਸ਼ਹਿਰੇ ਖੜੇ ਉਭਰਵਾਂ ਮਸਤਕ, ਨੇਤਰਾਂ 'ਚ ਮਸਤੀ, ਬੁੱਲਾਂ 'ਚ ਮੁਸਕਾਨ, ਸੀਸ ਤੇ ਦੋਹਰੇ ਦਮਾਲੇ, ਮਸਤਕ ਦੇ ਹੀਰਿਆਂ ਜਿਹੜੀ ਕਲਗੀ, ਦਮਾਲਿਆਂ 'ਤੇ ਚੜਿਆ ਹੋਇਆ ਉਹ ਸੁਨਹਿਰੀ ਚੱਕਰ, ਜਿਹਦੇ ਅੱਜ ਵੀ ਦਰਸ਼ਨ ਤੁਸੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਕਰਦੇ ਹੋ। ਗੁਰਦੇਵ ਦੇ ਗਾਤਰੇ ਕਿਰਪਾਨ, ਮੋਢੇ ਤੇ ਕਮਾਨ, ਖੱਬੇ ਹੱਥ ਤੇ ਬਾਜ ਤੇ ਸੱਜਾ ਹੱਥ ਕਦੇ ਕਦੇ ਤਲਵਾਰ ਦੇ ਮੁੱਠੇ ਤੇ ਜਾਂਦਾ, ਕਦੇ ਕਦੇ ਉੱਚਾ ਉੱਠਦਾ, ਜਿਵੇਂ ਅਕਾਲ ਪੁਰਖ ਦੇ ਨਵੇਂ ਹੁਕਮ ਸੁਣਾਉਣ ਵਾਸਤੇ ਕਾਲਾ ਪੈ ਰਿਹਾ ਹੋਵੇ। ਤੱਕੋ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੀ ਸ਼ਾਨ ਵੇਖ ਕੇ ਰਾਜਾ ਭੀਮ ਚੰਦ ਹੈਰਾਨ ਹੋ ਕੇ ਚਰਨਾਂ ਤੇ ਹੇ ਐਂ ਬੈਠੇ। ਦਸਵੇਂ ਪਾਤਸ਼ਾਹ ਦਰਬਾਰ ਲਗਾ ਕੇ ਉਸ ਵੇਲੇ ਦੀ ਵਾਰਤਾ ਕੀ ਕਹਾਂ ਸੁਣਾ ਕੇ, ਗੁਰੂ ਦਰਬਾਰ ਦੀ ਕੀ ਕਰਨ ਲਖਾਰੀ, ਸ਼ਾਨ ਗੁਰੂ ਦਰਬਾਰ ਦੀ ਦੁਨੀਆ ਦੁਨਿਆਰੀ। ਰਾਜੇ ਅਤੇ ਫਕੀਰ ਦੀ ਇੱਕ ਸੰਗਤ ਪੰਗਤ, ਚਾੜਿਆ ਲੋਕੀ ਜੱਗ ਨੂੰ ਗੁਰਾਂ ਦਿੱਤੀ ਰੰਗਤ, ਜਗ੍ਹਾ ਤੇ ਛਕਣ
ਦੁਨੀਆ ਦੁਨਿਆਰੀ ਚੱਕਰ ਚਮਕ ਮਾਰ ਦੇ ਤੇ ਫੱਬਣ ਦਮਾਲੇ ਜੀਬਾਂ ਕੱਢੀਆਂ ਬਰਸ਼ੀਆਂ ਜੋ ਫਨੀਅਰ ਕਾਲੇ ਨੈਣੀ ਡਲਕਾਂ ਨੈਣੀ ਡਲਕਾਂ ਨੈਣੀ ਡਲਕਾਂ ਮਾਰਦੀ ਹੈ ਨਾ ਖੁਮਾਰੀ ਸ਼ਾਨ ਗੁਰੂ ਦਰਬਾਰ ਦੀ ਦੁਨੀਆ ਦੁਨਿਆਰੀ ਬੁੱਧ ਰਹੀ ਮਤ ਮੈਂ ਨਾ ਮਤ ਹੈ ਸੁਰਤ ਮੈਂ ਨਾ ਸੁਰਤ ਰਿਓ ਧਿਆਨ ਮੈਂ ਨਾ ਧਿਆਨ ਰਿਓ ਗਿਆਨ ਮੈਂ ਨਾ ਗਿਆਨ ਰਿਓ ਗਤ ਮੈਂ ਨਾ ਗਤ ਹੈ ਜਿਹੜਾ ਕਹਿੰਦਾ ਸੀ ਮੈਂ ਨੀ ਝੁਕਣਾ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਤੋਂ ਆਪਣਾ ਸਿਰ ਹੀ ਨੀ ਝੁਕਦਾ ਗੁਰਦੇਵ ਨੇ ਤੀਰ ਦੀ ਮੁਖੀ ਲਾ ਕੇ ਆਖਿਆ ਰਾਜਾ ਸਾਹਿਬ ਉੱਪਰ ਉੱਠੋ ਅਸੀਂ ਨੇਵਿਆਂ ਨੂੰ ਉੱਪਰ ਉਠਾਉਣ ਵਾਸਤੇ ਆਏ ਹਾਂ ਉੱਠਿਆ ਰਾਜਾ ਭੀਮ ਚੰਦ ਇਹਨੂੰ ਗੁਰਦੇਵ ਦੇ ਮਾਮਾ ਜੀ ਮਾਮਾ ਕਿਰਪਾਲ ਚੰਦ ਦੀ ਚੀਜ਼ਾਂ ਤੋਂ ਜਾਣੂ ਕਰਵਾਉਂਦੇ ਰਾਜਾ ਸਾਹਿਬ 2.5 ਲੱਖ ਰੁਪਈਏ ਦੀ ਰਕਮ ਨਾਲ ਤਿਆਰ ਹੋਈ ਉਹਨਾਂ ਦਿਨਾਂ ਵਿੱਚ ਇਹ ਕਾਬਲ ਚੋਂ ਆਈ ਆ ਲੱਖਪਤੀ ਸੌਦਾਗਰ ਦੁਨੀ ਚੰਦ ਨੇ ਮਸੰਦ ਦਿਆਲ ਦਾਸ ਦੇ ਰਾਹੀਂ ਭੇਟਾ ਭੇਜੀ ਆ 5 ਕਲਾ ਸ਼ਸਤਰ ਚੰਦਨ ਦੀ ਚੌਂਕੀ ਪ੍ਰਸ਼ਾਦੀ ਹਾਥੇ ਇਹ ਰਤਨ ਰਾਏ ਸਾਹਮ ਵਾਲਾ ਭੇਟਾ ਲੈ ਕੇ ਆਇਆ ਸੀ ਰਤਨ ਰਾਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਵਰਨਾ ਪੈਦਾ ਹੋਇਆ ਸੀ ਰਾਜਾ ਰਾਮ ਰਾਏ ਦੇ ਰਾਜਾ ਭੀਮ ਚੰਦ ਵੇਖੀ ਜਾਂਦਾ ਕਹਿੰਦਾ ਇਹੋ ਜਿਹੀਆਂ ਚੀਜ਼ਾਂ ਸਾਡੇ ਦਰਬਾਰ 'ਚ ਚਾਹੀਦੀਆਂ ਅਸੀਂ ਰਾਜੇ ਮਹਾਰਾਜੇ ਇਹ ਫਕੀਰ ਗੁਰੂ ਨਾਨਕ ਸਾਹਿਬ ਦੇ ਘਰ ਨੂੰ ਫਕੀਰ ਦੱਸਦਾ ਰਾਜਾ ਭੀਮ ਚੰਦ ਕੋਈ ਸਮਾਂ ਰਿਹਾ ਮਹਾਰਾਜ ਨੇ ਇਹਦਾ ਯੋਗ ਆਦਰ ਕੀਤਾ ਮਹਾਰਾਜ ਚਾਹੁੰਦੇ ਆ ਇਹਨਾਂ ਨਾਲ ਮਿਲਾਪ ਇਹਨਾਂ ਨੂੰ ਨਾਲ ਲੈ ਕੇ ਕੌਮ ਦੀ ਤਕਦੀਰ ਬਦਲ ਦਿੱਤੀ ਜਾਵੇ ਪਰ ਜਦੋਂ ਵੀ ਕੋਈ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਵਿਖੜੇ ਚਰਾਏ ਵਿੱਚੋਂ ਕਿਸੇ ਰਸਤੇ ਦੀ ਚੋਣ ਲੱਗੇ ਕਰਨ ਇਹ ਸਾਹਮਣੇ ਆਉਂਦੇ ਰਹੇ ਹੁਣ ਇਹ ਕਹਿਣ ਲੱਗਾ ਮਹਾਰਾਜ ਖੁਸ਼ੇ ਬਖਸ਼ੋ ਛੁੱਟੀਆਂ ਦਿਓ ਜਾਣਾ ਚਾਹੁੰਦਾ ਹੈ ਮਹਾਰਾਜ ਕਹਿੰਦੇ ਰਾਜਾ ਸਾਹਿਬ ਜਾ ਸਕਦੇ ਆ ਗਿਆ ਬਿਲਾਸਪੁਰ ਆ ਤੇ ਗਿਆ ਕੁਝ ਲੈਣ ਸੀ ਕੁਝ ਪ੍ਰਾਪਤ ਕਰਨ ਵਾਸਤੇ ਗਿਆ ਸੀ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਤੇ ਕੀ ਪ੍ਰਾਪਤ ਕੀਤਾ ਅੰਦਰ ਈਰਖਾ ਦੀ ਅੱਗ ਬਾਲ ਕੇ ਆ ਗਿਆ ਦਿਲ ਨਹੀਂ ਲੱਗਦਾ ਧਿਆਨ ਚੀਜ਼ਾਂ ਵਿੱਚ ਕਿਸੇ ਨੂੰ ਕੋਈ ਸੋਹਣੀ ਚੀਜ਼ ਨਾ ਲੱਗਦਾ
फुल टाणी दे नाल लगा है, किसी ने वेख्या मोह तो गया तोड़ लिया, वो सहापन भी वंड रहा महक भी वंड रहा है, खूबसूरत सोहना लग रहा सी, सुंघिया कोल रखिया सुट दिता पैरों च मसलिया गया रूढ़ी ते चला गया। हुण ध्यान इहदा उहनां चीज़ां विच आ, तेनू बहाना भी मिल गया दे पुत्र अजमेर चंद जी कुड़माई पैणी सी, इहने सोचिया भी हुण बहाना बन गया ते हुण चीज़ां लिआउण दा समां आ गया। मंत्री किठे गल, कहिंदा मंत्री जिहड़ियां गुरु दे दरबार विच चीज़ां इत्थे आउणियां चाहीदियां, ओ पशमीने दी चाननी मेरे सिर ते होवे, पंज कला शास्त्र मेरे सजे बने खबे बने, वो चंदन दी चौंकी सीस ते सुनहरी गल गई, पिछले पासे बरसादी हाथी चौर करदा होवे मेरे सिर ते, क्योंकि राजां टौर कढ के आउणा फतेह शाह राजे दी लड़की दा शगन उहदे लागियां लै के आउणा ते मेरी शान वखरी चाहीदी आ। इहनां आखिआ शाह इक चतरदास मंत्री बड़ा चलाक है, ਜਦੋਂ ਰਾਜੇ ਤੋਂ ਸੁਣਿਆ ਰਾਜੇ ਨੇ ਵੀ ਆਖਿਆ ਜੇ ਲੜਾਈ ਕਰਨੀ ਪਵੇ ਤਾਂ ਕੋਈ ਬਾਤ ਨਹੀਂ, ਚਾੜ ਦਿਓ ਫੌਜਾਂ ਲੈਓ ਚੀਜ਼ਾਂ। ਚਤਰਦਾਸ ਕਹਿੰਦਾ ਆਗਿਆ ਹੋਵੇ ਤਾਂ ਮੈਂ ਬੋਲਾਂ ਮਹਾਰਾਜ, ਇਹ ਰਾਜਾ ਕਹਿੰਦਾ ਮਹਾਰਾਜਾ ਕਹਿੰਦਾ ਕਹੋ ਜੋ ਕਹਿਣਾ ਚਾਹੁੰਦੇ ਹੋ। ਕਹਿੰਦਾ ਜੇ ਤੁਹਾਡੀ ਆਗਿਆ ਹੋਵੇ ਮੈਂ ਲਿਆ ਸਕਦਾ। ਰਾਜਾ ਕਹਿੰਦਾ ਉਹ ਕਿਵੇਂ, ਚੀਜ਼ਾਂ ਗੁਰੂ ਕੋਲ ਲੈ ਆਉਣੀਆਂ ਗੱਲ ਸੌਖੀ ਨਹੀਂ। ਕਹਿੰਦਾ ਲੈ ਖੱਬੇ ਹੱਥ ਦੀ ਗੱਲ ਆ ਮੇਰੇ, ਖੱਬੇ ਹੱਥ ਦਾ ਖੇਲ ਆ ਜੇ ਤੁਹਾਡੀ ਆ ਗਿਆ ਹੋਵੇ। ਰਾਜਾ ਕਹਿੰਦਾ ਤੇਰੇ ਕੋਲ ਜੁਗਤੀ ਕੀ ਆ, ਕਿਸ ਤਰ੍ਹਾਂ ਤੂੰ ਚੀਜ਼ਾਂ ਲਿਆ ਸਕਦਾ, ਆਓ ਤੱਕੀਏ। ਪੰਡਿਤ ਚਤਰਦਾਸ ਕਲਗੀਆਂ ਵਾਲੇ ਪਾਤਸ਼ਾਹ ਤੋਂ ਚੀਜ਼ਾਂ ਲਿਆਉਣ ਵਾਸਤੇ ਆਪਣੇ ਮਾਲਕ ਰਾਜੇ ਭੀਮ ਚੰਦ ਨੂੰ ਹੇ ਐਂ ਆਖਦਾ, ਉੱਠੀ ਆਵ ਜੀਰ ਤੂੰ ਬੜਾ ਸੀ ਚਲਾਕ ਜਿਹੜਾ, ਕਹਿਣ ਲੱਗਾ ਗੁਰਾਂ ਜਵਾਨੀ ਸ਼ੋਹਰਤ ਦੀ ਭੁੱਖੀ ਹੁੰਦੀ।
ਖਾਲਸਾ ਜੀ ਛੋਟੇ ਛੋਟੇ ਨੇਹਾਂ ਦੇ ਸਾਹ ਪੰਡਿਤ ਕੋ ਕਢਾਉਣਾ, ਹੁਣ ਵੀ ਕਢਾਉਂਦੇ ਕਿ ਤੇ ਪੰਡਿਤ ਨੇ ਆਪਣੀ ਮਰਜ਼ੀ ਦਾ ਸਾਹ ਕੱਢ ਦੇਣਾ, ਇੱਕੋ ਹੀ ਸਾਹ ਕੱਢਣਾ। ਅਜੇ ਵੀ ਕਈ ਬੀਬੀਆਂ ਸਾਹ ਸਧਾਉਣੇ ਆ, ਇਹ ਮਨਮਤ ਸਾਡੇ ਘਰ ਵਿੱਚ ਨਹੀਂ ਰਿਹਾ। ਸਾਹ ਗਣੇ ਨਾ ਕਰੇ ਵਿਚਾਰ ਸਾਹੇ ਉੱਪਰ ਇੱਕ ਅਹੰਕਾਰ, ਗਾਤਰੇ ਵੀ ਪਾਏ ਹੁੰਦੇ, ਮਾਤਾ ਦੇ ਵੀ ਤੁਰੇ ਜਾਣਾ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਲਿਆ, ਸਾਹ ਵੀ ਕਢਾ ਲਿਆ, ਪੀਰ ਦੇ ਵੀ ਚਲੇ ਗਏ, ਕੋਈ ਫਾਇਦਾ ਨਹੀਂ। ਇੱਕ ਹੀ ਬਣੇ ਚੱਲ ਜਾਓ, ਉਧਰੇ ਟਾਈਮ ਤਾਂ ਨਾ ਬਰਬਾਦ ਹੋ। ਏਕ ਛੋੜ ਦੂਜੇ ਲੱਗੇ ਡੁੱਬੇ ਸੇ ਬਣ ਜਾ ਰਿਹਾ, ਜਦੋਂ ਗੁਰੂ ਨੂੰ ਛੱਡ ਕੇ ਦੂਜੇ ਬੰਨੇ ਚੱਲ ਗਏ, ਗੁਰੂ ਨਹੀਂ ਸਾਡੀ ਸਾਰ ਲਵੇਗਾ, ਗੁਰੂ ਬਾਂ ਨਹੀਂ ਫੜੇਗਾ ਸਾਡੀ, ਛੱਡ ਦੇਵੇਗਾ। ਜਦੋਂ ਸਾਨੂੰ ਵਿਸ਼ਵਾਸ ਨਹੀਂ ਤੇ ਇਹਦੇ ਨਾਲੋਂ ਵੱਡਾ ਕੋਈ ਦੁਨੀਆਂ ਤੇ ਹੋਰ ਕਰ ਨਹੀਂ। ਬਖਸ਼ਿਸ਼ ਕਰ ਬਖਸ਼ਣ ਹਾਰੇ, ਕਿਰਪਾ ਤੇ ਖੋਲ ਭੰਡਾਰੇ, ਕਾਟਾ ਤੇਰੇ ਕੋਲ ਘਰ ਨਹੀਂ ਕੋਈ, ਇਹੋ ਜਿਹਾ ਦਰ ਨਹੀਂ ਕੋਈ ਜਿੱਥੇ ਹੁਣ ਰਹਿਮਤਾਂ ਹਜ਼ਾਰ, ਇਸ ਦਰ ਵਰਗਾ ਕੋਈ ਦਰ ਨਹੀਂ। ਮੇਰੀ ਕੌਮ ਦੇ ਮਹਾਨ ਵਿਦਵਾਨ ਸਤਿਕਾਰਯੋਗ ਭਾਈ ਸਾਹਿਬ ਬਾਬਾ ਜੀ ਗਿਆਨੀ ਪ੍ਰਗਟ ਸਿੰਘ ਜੀ ਤਿੰਮੋਵਾਲ ਸਾਹਿਬ, ਜਿਨ੍ਹਾਂ ਨੇ ਸਾਡੇ ਤੋਂ ਬਾਅਦ ਆਉਣਾ ਵੀ ਨਿਚੋੜ ਮਗਰ ਜਥਾ ਵੱਡਾ ਰੱਖੀਦਾ, ਵੱਡੇ ਵਿਦਵਾਨ ਨੇ, ਤੁਸੀਂ ਸੁਣਦੇ ਵੀ ਉਹਨਾਂ ਨੂੰ ਤੇ ਅੱਜ ਵੀ ਸੁਣਨਾ। ਉਹ ਆਏ ਨੇ, ਅਸੀਂ ਜੀ ਆਇਆ ਆਖਦੇ ਹਾਂ, ਜੀਵਨ ਬੜਾ ਉੱਚਾ ਸੱਚਾ ਇਹਨਾਂ ਦਾ, ਤੇ ਜਿਹੜੀ ਮਾਇਆ ਖੜਦੇ ਜਿੰਨੀ ਕੁ ਲੋੜ ਹੁੰਦੀ ਆਪਣੇ ਕੋਲ ਰੱਖ ਕੇ ਬਾਕੀ ਪਿੰਡ ਚ ਲਾ ਦਿੰਦੇ, ਤੇ ਉਦਾਂ ਅਸੀਂ ਤੇ ਪਿੰਡ ਵਾਲੀ ਵੀ ਆਨੇ ਵੀ ਸਾਡੇ ਘਰ ਹੀ ਆ ਗਏ, ਆਖਣ ਨੂੰ ਜੋ ਮਰਜ਼ੀ ਆਖੀਏ, ਅਸੀਂ ਵਿਧਵਾ ਪਾਲਦੇ, ਅਸੀਂ ਉਹ ਕਰਦੇ, ਜੇ ਕਰਦੇ, ਲੁੱਟਣ ਤੇ ਲੋਕ ਤਰੀਕੇ ਬੜੇ, ਤੇ ਤੁਸੀਂ ਭੋਲੇ ਭਾਲੇ ਮਗਰ ਲੱਗ ਜਾਂਦੇ। ਅਕੈਡਮੀਆਂ ਦਾ ਤਰੀਕਾ ਲੁੱਟਣ ਦਾ ਬੜਾ ਵਧੀਆ, ਵਿਆਹਾਂ ਦਾ ਬੜਾ ਵਧੀਆ, ਇਹਨਾਂ ਦੀ ਬੈਕਗਰਾਉਂਡ ਵੇਖਿਆ ਕਰੋ ਵੀ ਕੀ ਆ, ਉੱਥੇ ਕਿੰਨੀਆਂ ਕਿੰਨੀਆਂ ਪ੍ਰਾਪਤੀਆਂ ਬਣਾਉਣੀਆਂ, ਕੌਮ ਦਾ ਪੈਸਾ ਇਕੱਠਾ ਕਰਕੇ ਧਰਮ ਦੇ ਨਾਂ 'ਤੇ ਬੜੀਆਂ ਠੱਗੀਆਂ ਵੱਜ ਰਹੀਆਂ। ਖੈਰ ਬਾਬਾ ਜੀ ਹੋਰੀ ਆਏ ਨੇ, ਉਹਨਾਂ ਨੂੰ ਬੇਨਤੀ ਸਟੇਜ 'ਤੇ ਆ ਜਾਣ, ਅਸੀਂ ਛੇਤੀ ਦੋ ਕਵਿਤਾ ਕਹਿ ਕੇ ਖਿਮਾ ਮੰਗ ਲੈਣੀ, ਕਿਉਂਕਿ ਉਹਨਾਂ ਦਿਨਾਂ ਵਿੱਚ ਬੜਾ ਇਹ ਬੋਲਬਾਲਾ ਸੀ ਅਤੇ ਪੰਡਿਤ ਸੋਚਦਾ ਗੱਲ ਹੀ ਕੋਈ ਨਹੀਂ, ਇੱਕ ਪਿੰਡ ਵਿੱਚ ਇੱਕ ਗੁਰਮੁਖ ਪਿਆਰਾ ਇਹਨਾਂ ਗੱਲਾਂ ਨੂੰ ਨਹੀਂ ਸੀ ਮੰਨਦਾ, ਉਹ ਸਰਾਧ ਕਰਾਉਣੇ, ਹਮਨ ਕਰਾਉਣੇ, ਅਤੇ ਪੰਡਿਤ ਨੇ ਸੋਚਿਆ ਵੀ ਇਹ ਬੰਦਾ ਅੜ ਗਿਆ, ਇਹਨੂੰ ਵੇਖ ਕੇ ਕਈ ਇਹਦੇ ਨਾਲ ਜਾਣ, ਮੇਰਾ ਤਾਂ ਤੋਰੀ ਫੁਲਕਾ ਜਾਂਦਾ ਰਹੂ ਜੇ ਇਹਦੇ ਵਰਗੇ ਹੋ ਗਏ। ਉਹਨੇ ਜਿੱਥੇ ਪੰਜ ਸੱਤ ਬੰਦੇ ਇਕੱਠੇ ਹੋਣੇ, ਕਹਿਣਾ ਫਲਾਨਾ ਸਿਆ ਤੁਸੀਂ ਨਹੀਂ ਆਪਣਾ ਘਰ ਪਵਿੱਤਰ ਕਰਾਉਣਾ, ਉਹਨੇ ਵਿਚਾਰੇ ਟਰਾਲ ਮਟੋਲਾ ਕਰਨਾ। ਇੱਕ ਦਿਨ ਤੰਗ ਹੋਇਆ ਆਪਣੀ ਘਰਵਾਲੀ ਨੂੰ, ਕਹਿੰਦਾ ਭਾਗਾਂ ਵਾਲੀ ਇਹ ਮਿਸ਼ਰ ਬੜਾ ਤੰਗ ਕਰਦਾ, ਕਹਿੰਦਾ ਹਮਨ ਨਹੀਂ ਕਰਾਉਂਦੇ, ਕਹਿੰਦੀ ਕਰਾ ਲਓ ਤਾਂ ਕਿ ਜੱਟ ਨੇ ਜਾ ਕੇ ਨਿਆਉਂਦਾ ਦੇ ਤਾਂ ਪੰਡਿਤ ਨੂੰ ਚੜ ਗਿਆ ਚਾਹ। ਅਗਲਾ ਦਿਨ ਹੋਇਆ ਤੇ ਮਿਸ਼ਰ ਹੋਣੀ ਹਮਨ ਕਰਨ ਆ ਗਏ, ਸਰਦਾਰ ਨੇ ਪੋਚਾ ਫੇਰਤਾ ਥੋੜੇ ਜਿਹੇ ਥਾਂ 'ਚ, ਮਿਸ਼ਰ ਬਹਿ ਗਿਆ ਤੇ ਸਾਹਮਣੇ ਜੱਟ ਬਹਿ ਗਿਆ। ਮਿਸ਼ਰ ਕਹਿੰਦਾ ਵੀ ਮੇਰਾ ਸਾਥ ਦੇਣਾ ਜੱਟਾਂ ਤੋਂ, ਉਹ ਕਹਿੰਦਾ ਮੈਂ ਤਾਂ ਕਰਾਇਆ ਹੀ ਨਹੀਂ ਕਦੀ, ਤੇਰੇ ਕਹਿਣ 'ਤੇ ਪਹਿਲੀ ਵਾਰ ਫਸਿਆ। ਕਹਿੰਦਾ ਗੱਲ ਕੋਈ ਔਖੀ ਨਹੀਂ ਗੀ, ਜੋ ਮੈਂ ਆਖੋ ਤੂੰ ਮਗਰ ਆਖੇਗਾ ਕਿ ਨਹੀਂ। ਜੱਟ ਕਹਿੰਦਾ ਮਗਰ ਨਹੀਂ ਮੈਂ ਤੁੱਕਾ ਲੱਗਣ ਦਿੰਦਾ, ਤੂੰ ਕਹਿ। ਹੁਣ ਪੰਡਿਤ ਕਹਿੰਦਾ ਜੱਟਾ ਇੱਥੇ 100 ਰੁਪਈਆ ਰੱਖ। ਜੱਟ ਆਂਦਾ ਪੰਡਤਾ ਇੱਥੇ ਰੱਖ ਰੁਪਈਆ 100। ਕਹਿੰਦਾ ਮੈਂ ਤੈਨੂੰ ਆਖਿਆ। ਜੱਟ ਆਂਦਾ ਮੈਂ ਤੈਨੂੰ ਆਖਿਆ। ਉਹ ਗਾੜੀਆਂ ਦਾ ਮੂਰਖਾ, ਜੱਟ ਆਂਦਾ ਮੂਰਖਾ। ਪੰਡਿਤ ਨੇ ਸੋਚਿਆ ਮੈਂ ਵਿਦਵਾਨ ਤੇ ਮੈਨੂੰ ਮੂਰਖ ਆਖੀ ਜਾਂਦਾ, ਅਸੀਂ ਤੇ ਇਹਨਾਂ ਨੂੰ ਬਣਾ ਛੱਡਦੇ। ਜਿਸ ਵੇਲੇ ਉਹਨੇ ਚਪੇੜ ਮਾਰੀ ਨਾ ਜੱਟ ਦੇ, ਤੇ ਜੱਟ ਨੇ ਚੁੱਕ ਕੇ ਟਾ ਲਿਆ, ਚੱਲਣਾ ਤੇ ਮਗਰ ਹੀ ਜੱਟ ਦਾ, ਕੋਈ ਦੋਸ਼ ਨਹੀਂ ਇਹ 'ਚ। ਹੁਣ ਜਦੋਂ ਵੇਖਿਆ ਕਿ ਪੰਡਿਤ ਹੋਣਾ ਦੀਆਂ ਚੀਕਾਂ ਨਿਕਲੀਆਂ, ਆਂਢੀ ਗਵਾਂਢੀ ਵੇਹਦੇ ਵੀ ਅੱਜ ਇਹ ਵੀ ਫਸੇ ਆ, ਤੇ ਇੱਧਰ ਕੀ ਚਾਨ ਮਾਰੀ ਹੋਣ ਡਈ, ਇਹਨਾਂ 'ਤੇ ਅਮਨ ਕਰਾਉਣਾ ਸੀ ਤੇ ਪੰਡਿਤ ਆਇਆ ਜੱਟ ਨੇ। ਉਹ ਭੱਜ ਕੇ ਛਡਾਉਣ ਵਾਸਤੇ ਦਰਵਾਜ਼ੇ ਵੱਲ ਨੂੰ ਆਏ ਤੇ ਸਰਦਾਰ ਨੇ ਆਖੇ ਖਬਰਦਾਰ ਲੋਕ, ਜਦੋਂ ਤੁਹਾਡੇ ਘਰ ਹਮਨ ਹੁੰਦਾ ਅਸੀਂ ਕਦੀ ਦਖਲ ਦਿੱਤਾ, ਅਸੀਂ ਕਦੀ ਵਿਘਨ ਪਾਇਆ, ਤੇ ਜੇ ਅਸੀਂ ਪਹਿਲੀ ਗੱਲ ਤਾਂ ਕਰਾਉਂਦੇ ਹੀ ਨਹੀਂ, ਜੇ ਕਰਾਉਣ ਲੱਗੇ ਤਾਂ ਤੁਹਾਨੂੰ ਕੀ ਤਕਲੀਫ ਆ, ਕੋਈ ਨਾ ਸਾਡੇ ਘਰ ਵਿੱਚ ਆਏ ਹੋਣ ਦਿਓ, ਹਮਨ ਸਾਡੇ ਘਰ ਨੂੰ ਪਵਿੱਤਰ ਹੋਣ ਦਿਓ। ਘੁਲਦਿਆਂ ਘੁਲਦਿਆਂ ਲਾਂਭੇ ਚਲ ਗਏ ਤੇ ਆਖੇ ਸਰਦਾਰ ਜੀ ਇਹ ਹਮਨ ਤੇ ਪਵਿੱਤਰ ਥਾਂ ਤੋਂ ਲਾਂਭੇ ਹੋਣ ਡਿਆ ਜੇ। ਜੱਟਾਂ ਦਾ ਕੋਈ ਨਹੀਂ, ਪਵਿੱਤਰ ਥਾਂ 'ਤੇ ਲੈ ਆਉਣਾ, ਚੁੱਕ ਕੇ ਤੇ ਉੱਥੇ ਲੈ ਗਿਆ। ਪੰਡਿਤ ਸੋਚਦਾ ਬੜਾ ਕਸੂਤਾ ਫਸਿਆ, ਗੁਆਂਢੀ ਆਉਣ ਲੱਗੇ ਸੀ, ਉਹ ਸਰਦਾਰਨੀ ਨੇ ਡੱਕਤੇ ਆ, ਕਰਾਂ ਕੀ ਹੁਣ। ਦਿਮਾਗ ਨੇ ਛੇਤੀ ਨਾਲ ਕੰਮ ਕੀਤਾ, ਚਤਰ ਬੁੱਧੀ ਨੇ, ਵੀ ਜੋ ਮੈਂ ਕਹਿੰਦਾ ਉਹ ਹੀ ਕਰਦਾ ਹੈ। ਮਗਰ ਮਗਰ ਕਹਿੰਦਾ ਜੱਟਾ ਛੱਡ ਦੇ, ਜੱਟ ਨੇ ਮਾਰਿਆ ਭੁਆ ਕੇ, ਕਹਿੰਦਾ ਲੈ ਪੰਡਿਤ ਛੱਡਦਾ।
ਸਵਾਰਾ ਸੁਰਾ ਆਇਆ, ਕੱਪੜੇ ਕੁੱਪੜੇ ਝਾੜੇ ਝੂੜੇ, ਛਿਲਿਆ ਗਿਆ ਵਿਚਾਰਾ, ਭੋਲਾ ਜਿਹਾ ਤਾਂ ਹੈਗਾ ਹੈ, ਖੀਰਾਂ ਖਾਣਾ ਖਾਣ ਵਾਲਾ। ਉੱਠ ਕੇ ਤੁਰਿਆ ਜਾਂਦਾ, ਸੋਚਦਾ ਵੀ ਗਾੜੀ ਲੋਕ ਖਲੋਤੇ ਹੋਣੇ, ਕੀ ਆਖੂੰ। ਕਹਿੰਦਾ ਚੱਲ ਸੁਣੀ ਅਣਸੁਣੀ ਕਰਕੇ ਲੰਘ ਜੂੰ, ਉਹਨਾਂ ਦੀ ਗੱਲ ਵੱਲ ਧਿਆਨ ਨਾ ਕਰੂੰਗਾ, ਬੇਇੱਜ਼ਤੀ ਤਾਂ ਹੋਈ ਹੋਣਾ। ਬੂਹੇ ਲਾਗੇ ਜਾ ਕੇ ਥੋੜ੍ਹਾ ਜਿਹਾ ਮਨ ਉਛਲਿਆ, ਪਛਾਣ ਮੂੰਹ ਕਰਕੇ ਕਹਿੰਦਾ ਆਈ ਅੱਟਾ ਜੱਟ। ਕਹਿੰਦਾ ਹਾਂ ਮਿਸ਼ਰ ਜੀ। ਕਹਿੰਦਾ ਵੀ ਮੂਰਖ ਹੋਊ ਜਿਹੜਾ ਤੁਹਾਡੇ ਘਰ ਮੁੜ ਕੇ ਹਮਲ ਕਰਨ ਆਊ। ਜੱਟ ਕਹਿੰਦਾ ਵੀ ਮੂਰਖ ਹੋਊ ਜਿਹੜਾ ਤੇਰੇ ਕੋਲੋਂ ਹਮਲ ਕਰਾਊ। ਕਹਿੰਦਾ ਮੈਨੂੰ ਤਾਂ ਛਿੱਲ ਦਿੱਤਾ ਸੀ ਤੇ ਤੈਨੂੰ ਕੀ ਹੋਇਆ। ਜੱਟ ਕਹਿੰਦਾ ਜਿੰਨਾ ਜ਼ੋਰ ਤੂੰ ਮੇਰਾ ਹਮਨ ਤੇ ਲਵਾਇਆ ਨਾ, ਮੈਂ ਤੇ ਸਾਰਾ ਦਿਨ ਹਲਵਾਵਾਂ ਤੇ ਇੰਨਾ ਜ਼ੋਰ ਨਹੀਂ ਲੱਗਦਾ ਜਿੰਨਾ ਤੂੰ ਹਮਨ ਤੇ ਲਵਾਤਾ। ਅਜੇ ਵੀ ਕਰਾਊਂ ਤੇਰੇ ਕੋਲ ਹਮਨ। ਬੋਲੀਏ ਜੇ ਬਹੁਤਾ ਫਿਰ ਕਮਲਾ ਸ਼ਦਾਈ, ਕਹਿੰਦੇ ਜੇ ਰਹੀਏ ਚੁੱਪ ਫਿਰ ਆਖ ਦੇ ਬਿਮਾਰ ਹੈ, ਚਿੱਟੇ ਲੀੜੇ ਪਾਈਏ ਫਿਰ ਆਖ ਦੇ ਲਿਆਉਂਦਾ ਕਿੱਥੋਂ, ਜੇ ਪਾਈਏ ਮੇਲੇ ਦਿੰਦੇ ਦੂਰੋਂ ਦਰਕਾਰ ਹੈ, ਵੱਡਿਆਂ ਦੇ ਹਮੀ ਹੋਈਏ ਝੋਲੀ ਚੁੱਕ ਆਖਦੇ ਨੇ, ਹੱਕ ਮੰਗੇ ਆਪਣਾ ਦੇ ਦੇਸ਼ ਦਾ ਗਦਾਰ ਹੈ, ਰੱਜ ਕੇ ਰੱਖ ਲਓਗੇ ਤੁਸੀਂ। ਰਾਜਾ ਕਹਿੰਦਾ ਮੇਰੇ ਕੋਲ ਕਿਹਨੇ ਖਾਣੀਆਂ ਕਰਨ ਦਿਆ ਤੇ ਸਹੀ। ਇਹ ਆ ਗਿਆ ਸ਼੍ਰੀ ਅਨੰਦਪੁਰ ਸਾਹਿਬ, ਮੱਥਾ ਟੇਕਦਾ ਨਿਓ ਨਿਓ ਕੇ ਲੰਮਾ ਪੈ ਪੈ ਕੇ, ਅਪਰਾਧੀ ਦੂਣਾ ਨੇ ਮੈਂ ਤੇ ਕਲਾਣ ਸ਼ੁਰੂ ਕਰਤੀ। ਇਹ ਕਲਗੀ ਵਾਲੇ ਪਾਤਸ਼ਾਹ, ਅਸਲੀ ਪੈਗੰਬਰ ਦੁਨੀਆਂ ਤੇ ਆਏ ਤੁਸੀਂ ਹੋ, ਅਸੀਂ ਤੇ ਐਵੇਂ 33 ਕਰੋੜ ਦੇਵਤੇ ਨੂੰ ਪੂਜਦੇ ਮਰ ਚੱਲੇ ਆ, ਤੁਹਾਡੇ ਦਰਬਾਰ ਦੀ ਧੂੜੀ ਵਿੱਚ ਪਤਾ ਨਹੀਂ ਕੀ ਕਰਾਂ ਮਾਤਾ, ਤੁਹਾਡੇ ਦਰਸ਼ਨਾਂ ਵਿੱਚ ਪਤਾ ਨਹੀਂ ਕੀ ਸ਼ਕਤੀ ਆ। ਜਿਹੜਾ ਤੁਹਾਡੇ ਦਰਸ਼ਨ ਕਰ ਲੈਂਦਾ ਉਹ ਤੁਹਾਡਾ ਹੀ ਹੋ ਜਾਂਦਾ, ਜਿੱਦਣ ਦਾ ਰਾਜਾ ਭੀਮ ਚੰਦ ਤੁਹਾਡੇ ਦਰਸ਼ਨ ਕਰਕੇ ਗਿਆ ਉਹ ਤੇ ਤੁਹਾਡੇ ਹੀ ਗੁਣ ਗਾਈ ਜਾਂਦਾ, ਉਹਦਾ ਨਹੀਂ ਜੇ ਜੀ ਲੱਗਦਾ। ਉਹਦੇ ਕਹਿੰਦਾ ਮੈਂ ਆਪਣੇ ਪੁੱਤਰ ਅਜਮੇਰ ਚੰਦ ਦੀ ਸ਼ਾਦੀ ਕਰਕੇ ਅੱਧੀ ਜਾਇਦਾਦ ਅਜਮੇਰ ਚੰਦ ਦੇ ਨਾਂ ਲਵਾ ਦੇਣੀ ਤੇ ਅੱਧੀ ਸ਼੍ਰੀ ਅਨੰਦਪੁਰ ਸਾਹਿਬ ਦੇ ਨਾਂ ਲਵਾ ਦੇਣੀ, ਰਹਿੰਦੀ ਜ਼ਿੰਦਗੀ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਮਾਲਾ ਫੇਰ ਕੇ ਬਤੀਤ ਕਰਨੇ ਆ। ਤੇ ਸੱਚੇ ਪਾਤਸ਼ਾਹ ਤੁਹਾਨੂੰ ਪਤਾ ਤੁਹਾਡਾ ਗੁਆਂਢੀ ਆ ਤੇ ਉਹਦੇ ਪੁੱਤਰ ਅਜਮੇਰ ਚੰਦ ਦੀ ਕੜਮਾਈ ਆ, ਸ਼ਗਨ ਪੈਣਾ ਰਾਜਿਆਂ ਨੇ ਆਉਣਾ, ਉਹਦਾ ਰਾਧਾ ਮੈਂ ਵੀ ਟੌਰ ਵਿਖਾਲਾ, ਆ ਪਸ਼ਮੀਨੇ ਦੀ ਚਾਨਣੀ, 5 ਕਲਾ ਸ਼ੇਤਰ ਚੰਦਨ ਦੀ ਚੌਂਕੀ, ਪ੍ਰਸ਼ਾਦੀ ਹਾਥੀ ਸੁਨਹਿਰੀ ਕਲਗੀ ਕੁਝ ਦਿਨਾਂ ਵਾਸਤੇ ਦੇ ਦਿਓ। ਜਦੋਂ ਕੜਮਾਈ ਪੈ ਗਈ ਬਾਅਦ ਵਿੱਚ ਮੈਂ ਨਾਲੇ ਚੀਜ਼ਾਂ ਦੇ ਜੂੰ, ਨਾਲੇ 4000 ਰੁਪਇਆ ਦੱਸਾ ਨਾ ਮੱਥਾ ਟੇਕ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕੋਈ ਹੋਰ ਗੱਲ ਕਹਿਣ ਵਾਲੀ ਤੇ ਕਹਿ ਲਓ। ਕਹਿੰਦਾ ਨਹੀਂ ਮਹਾਰਾਜ। ਕਹਿੰਦਾ ਸੱਚੇ ਪਾਤਸ਼ਾਹ ਤੁਹਾਡਾ ਗੁਆਂਢੀ ਆ ਤੇ ਬਾਈਆਂ ਰਾਜਿਆਂ ਦਾ ਸਿਰਮੌਰ, ਪਹਿਲਾਂ ਨਿਮਰਤਾ ਭਰੀ ਬੇਨਤੀ ਤੇ ਹੁਣ। ਕਹਿੰਦਾ ਬਾਈਆਂ ਰਾਜਿਆਂ ਦਾ ਸਿਰਮੌਰ, ਰਾਜਾ ਭੀਮ ਚੰਦ ਐਡੀ ਵੱਡੀ ਸ਼ਕਤੀ ਮਹਾਰਾਜ, ਗੁਆਂਢੀ ਨਾ ਬਣਾ ਕੇ ਰੱਖਣੀ ਚਾਹੀਦੀ ਆ, ਘੂਰੀ ਭਰੀ ਧਮਕੀ ਵੀ ਆ ਵੀ ਜਿਨ੍ਹਾਂ ਨਾ ਦਿੱਤੀਆਂ ਚੀਜ਼ਾਂ ਤੇ ਫੌਜਾਂ ਚੜਾਂਗੇ। ਮਹਾਰਾਜ ਮੁਸਕਰਾਏ, ਕਹਿਣ ਲੱਗੇ ਚਤਰਦਾਸ ਜੀ ਕਿਹੜੀ ਗੱਲ ਤੇ ਰਹੋਗੇ ਜਿਹੜੀ ਸਾਡੇ ਨਾਲ ਕਰਦੇ, ਜਿਹੜੀ ਆਪਣੇ ਮਾਲਕ ਨਾਲ ਕਰਕੇ ਆਏ ਹੋ, ਮੈਂ ਚੀਜ਼ਾਂ ਲੈ ਉਹਨਾਂ ਤੇ ਫੇਰ ਜਾਇਓ, ਸਾਨੂੰ ਕਹਿੰਦੇ ਹੋ ਮੈਂ 4000 ਰੁਪਇਆ ਦਕਸ਼ਣਾ ਮੱਥਾ ਟੇਕ ਜਾਵਾਂਗੇ, ਅਸੀਂ ਕਿਰਾਏ ਤੇ ਨਹੀਂ ਦਿੰਦੇ ਚੀਜ਼ਾਂ, ਇਹ ਗੁਰੂ ਨਾਨਕ ਸਾਹਿਬ ਦੀ ਗੱਦੀ ਨੂੰ ਪਿਟਾਵਾਂ ਆਈਆਂ ਨੇ, ਜਿਨ੍ਹਾਂ ਦਾ ਮੈਂ ਸੇਵਾਦਾਰ ਅਗਾਂਹ ਨਹੀਂ ਦੇ ਸਕਦਾ। ਜੇ ਤੁਹਾਡੇ ਮਾਲਕ ਨੂੰ ਕੋਈ ਹਾਥੀ ਚਾਹੀਦਾ, ਇਹ ਮੁੱਲ ਖਰੀਦਿਆਂ ਹਾਥੀਆਂ ਵਿੱਚੋਂ ਭੇਜਦੇ ਨੇ, ਵਾਪਸੀ ਦੀ ਵੀ ਮੰਗ ਨਹੀਂ ਕਰਦੇ। ਝੂਠਾ ਹੋ ਕੇ ਸਭਾ ਵਿੱਚੋਂ ਉੱਠ ਕੇ ਚਲਾ ਗਿਆ, ਬੜੀ ਬੇਇੱਜ਼ਤੀ ਹੋਈ। ਰਾਜਾ ਭੀਮ ਚੰਦ ਕੋਲ ਪਹੁੰਚਿਆ, ਰਾਜਾ ਭੀਮ ਚੰਦ ਕਹਿੰਦਾ ਚੀਜ਼ਾਂ ਮਗਰ ਆਉਂਦੀਆਂ? ਕਹਿੰਦਾ ਨਹੀਂ, ਨਾ ਆਉਂਦੀਆਂ ਤੇ ਨਾ ਆਉਣੀਆਂ ਜੇ। ਉਹ ਕਹਿੰਦਾ ਕਿਉਂ? ਕਹਿੰਦਾ ਗੁਰੂ ਦੇ ਤੁਹਾਨੂੰ ਸਮਝਦਾ ਹੀ ਕੱਖ ਨਹੀਂ। ਗੁਰੂ ਦੇ ਕਹਿੰਦਾ ਕੌਣ ਰਾਜਾ? ਨਾ ਅਸੀਂ ਕਿਸੇ ਦੀ ਪਰਜਾ ਤੇ ਨਾ ਕੋਈ ਰਾਜਾ, ਨਾ ਕਿਸੇ ਕੋਈ ਡਰਦੇ ਤੇ ਨਾ ਡਰਾਉਂਦੇ ਆ, ਅਸੀਂ ਆਪਣੇ ਪਿਤਾ ਜੀ ਦੀ ਮੁੱਲ ਖਰੀਦੀ ਧਰਤੀ ਵਿੱਚ ਰਹਿ ਰਹੇ ਹਾਂ। ਜੋ ਨੇ ਕਰਨਾ ਕਰਦੇ, ਲੈ ਵੇ ਜਿਹੜੀਆਂ ਫੌਜਾਂ ਲਿਆਉਣੀਆਂ ਉਡਾ ਦਿਆਂਗੇ ਧੂੜਾਂ। ਆਪੇ ਤੋਂ ਬਾਹਰ ਹੋਇਆ ਕਿ ਚਿੱਠੀ ਲਿਖਣੀ ਸ਼ੁਰੂ ਕੀਤੀ, ਅਜੇ ਵੀ ਵੇਲਾ ਚੀਜ਼ਾਂ ਲੈ ਕੇ ਆਣ ਕੇ ਮੈਨੂੰ ਮਿਲ ਕੇ ਸੁਲਾਹ ਕਰ ਲਾ ਮੇਰੇ ਨਾਲ। ਚਿੱਠੀ ਲਿਖ ਕੇ ਭੀਮ ਚੰਦ ਗੁਰਪਾਸ ਪਚਾਈ, ਤੂੰ ਮੋੜੇ ਮੇਰੇ ਅਹਿਲਕਾਰ ਹੈ ਮੌਤ ਬੁਲਾਈ, ਤੈਨੂੰ ਉਹ ਦਿਨ ਭੁੱਲ ਕੇ ਜਾਵਦੇ ਜਦ ਔਰੰਗਸ਼ਾਹੀ ਕੀਤੀ, ਦਿੱਲੀ ਕੀਤੀ ਕਤਲ ਸੀ ਨਾਮੀ ਪਾਤਸ਼ਾਹੀ। ਸ਼ਰਮ ਨਹੀਂ ਆਈ ਇਹਨੂੰ,
ਵੀ ਪਾਤਸ਼ਾਹੀ ਨਾਮੀ ਕਤਲ ਕਿਉਂ ਹੋਈ, ਸ਼ਹੀਦ ਕਿਉਂ ਹੋਈ? ਤੁਹਾਡਾ ਧਰਮ ਬਚਾਉਣ ਵਾਸਤੇ ਦਿੱਲੀ ਕੀਤੀ ਕਤਲ ਸੀ ਨਾਮੀ ਪਾਤਸ਼ਾਹੀ, ਤੂੰ ਨਵੀਆਂ ਫੌਜਾਂ ਸਾਜੀਆਂ, ਜੱਟ ਸ਼ਿੰਬੇ ਨਾਈ ਇਹ ਉੱਡਦੇ ਨਜ਼ਰ ਨਾ ਆਉਣਗੇ। ਜਦ ਮੈਂ ਤੇਗ 28 ਤਲਬਾ ਲੈ ਕੇ ਆਣ ਮਿਲ, ਜੇ ਚਾਹੁਣਾ ਭਲਿਆਈ ਨਹੀਂ ਤੇ ਪੈਰਾਂ ਦੇ ਵਿੱਚ ਰੋਲ ਤੂੰ ਤੇਰੀ ਗੁਰਿਆਈ। ਇਹ ਚਿੱਠੀ ਕਲਗੀਆਂ ਵਾਲੇ ਪਾਤਸ਼ਾਹ ਕੋ ਆਈ, ਮਹਾਰਾਜ ਨੇ ਪੜ੍ਹੀ, ਸਿੱਖਾਂ ਨੂੰ ਪੜ੍ਹ ਕੇ ਸੁਣਾਈ, ਮਾਤਾ ਜੀ ਕੋ ਗਏ, ਮਾਤਾ ਜੀ ਨੂੰ ਪੜ੍ਹ ਕੇ ਸੁਣਾਈ ਤੇ ਪੁੱਛਿਆ ਦਾ ਜਵਾਬ ਕੀ ਦੇਣਾ। ਮਾਤਾ ਜੀ ਨੇ ਆਖਿਆ ਲਾਲ ਜੀ ਇੱਟ ਦਾ ਜਵਾਬ ਪੱਥਰ ਨਾ ਦਿਓ, ਕਰੜੇ ਹੱਥੀ ਰਾਜੇ ਭੀਮ ਚੰਦ ਦੀ ਚਿੱਠੀ ਦਾ ਉੱਤਰ ਲਿਖੋ। ਮਹਾਰਾਜ ਨੇ ਕਾਗਜ਼ ਕਲਮ ਦਵਾਤ ਮੰਗਾ ਕੇ ਚਿੱਠੀ ਲਿਖਣੀ ਸ਼ੁਰੂ ਕੀਤੀ। ਉਹ ਰਾਜਾ ਭੀਮ ਚੰਦਾ ਬੜਾ ਚੰਗਾ ਹੁੰਦਾ ਦੇਖਦੇ ਤੂੰ ਸਾਡੇ ਪਿਤਾ ਜੀ ਦੀ ਸ਼ਹੀਦੀ ਦਾ ਮਿਹਣਾ ਦੇਣ ਤੋਂ ਪਹਿਲਾਂ ਆਪਣੇ ਵੱਡਿਆਂ ਵੱਲ ਵੇਖ ਲੈਨੋ। ਉਹ ਸਾਡੇ ਬਾਪੂ ਜੀ ਨੇ ਹਿੰਦੁਸਤਾਨ ਦਾ ਜੰਨੂ ਤੇ ਟਿੱਕਾ ਬਚਾਉਣ ਦੀ ਖਾਤਰ ਸ਼ਹੀਦੀ ਦਿੱਤੀ ਆ, ਤੇ ਤੇਰੇ ਵੱਡਿਆਂ ਉਹ ਤੇਰੇ ਬਾਬੇ ਨੇ ਆਪਣੀ ਭੈਣ ਦਾ ਡੋਲਾ ਦੇ ਕੇ ਅਕਬਰ ਨੂੰ ਉਹਦੇ ਕੋਲ ਜਰਨੈਲੀ ਖਰੀਦੀ ਆ। ਸੌਦਾ ਮੇਰੇ ਵੱਡਿਆਂ ਚੰਗਾ ਕੀਤਾ ਕਿ ਤੇਰੇ ਵੱਡਿਆਂ ਚੰਗਾ ਕੀਤਾ ਹੈ? ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਰਾਜੇ ਭੀਮ ਚੰਦ ਦੀ ਚਿੱਠੀ ਦਾ ਉੱਤਰ ਸ਼ਾਦੀ ਬਾਅਦ ਵਿੱਚ ਕੀਤੀ ਜਾਵੇਗੀ। ਲੰਮੀ ਸੋਚ ਵਿਚਾਰ ਤੋਂ ਬਾਅਦ ਫੈਸਲਾ ਇਹ ਹੋਇਆ ਵੀ ਪਹਿਲਾਂ ਸ਼ਾਦੀ ਕੀਤੀ ਜਾਵੇ, ਬਾਅਦ ਵਿੱਚ ਗੁਰੂ ਦੇ ਨਾਲ ਲੜਾਈ ਲੜੀ ਜਾਵੇ, ਤੇ ਗੁਰੂ ਤੇ ਅੱਗੇ ਲੜਾਈ ਦੇ ਹਾਮੀ ਨਹੀਂ ਸੀ।
ਕਲਗੀਆਂ ਵਾਲੇ ਤੇ ਪਾਤਸ਼ਾਹ ਅਮਨ ਦੇ ਹਾਮੀ ਸਨ, ਜਿਹੜੀ ਵਧੋ ਵਧੀ ਗੱਲ ਪੈਂਦੀ ਸੀ, ਜਾਂ ਕੋਈ ਨਿਮਾਣਾ ਫਰਿਆਦ ਲੈ ਕੇ ਆਉਂਦਾ ਜਾਂ ਕੋਈ ਜਰਵਾਣਾ ਚੜ੍ਹ ਕੇ ਆਉਂਦਾ, ਉਹਨੂੰ ਰੋਕਣ ਵਾਸਤੇ ਲੜਾਈ ਲੜੀ ਜਾਂਦੀ ਸੀ। ਮਹਾਰਾਜ ਲੜਾਈਆਂ ਨਹੀਂ ਸੀ ਲੜਦੇ, ਜ਼ਬਰ ਦੇ ਖਿਲਾਫ ਮਹਾਰਾਜ ਲੜਦੇ। ਆਓ ਇੱਕ ਕਵਿਤਾ ਛੇਤੀ ਨਾ ਕਹਿ ਲਈਏ, ਸਮਾਂ ਬੜਾ ਹੋ ਗਿਆ ਜੀ, ਅਤੇ ਤੁਸੀਂ ਧੰਤਾ ਦੇ ਯੋਗ ਜਿਹੜੇ ਬੈਠੇ ਹੋ ਅਤੇ ਹੁਣ ਮਗਰੋਂ ਅਤੇ ਜਿਨ੍ਹਾਂ ਨੂੰ ਸੁਣਨਾ ਆ ਉਹ ਤਾਂ ਤੁਸੀਂ ਇੱਕ ਵਾਰ ਜਦੋਂ ਸ਼ੁਰੂ ਹੋ ਗਏ ਫਿਰ ਤੁਹਾਡੇ ਕੋਲ ਆਪੇ ਨਹੀਂ ਉੱਠਿਆ ਜਾਣਾ, ਕਿਉਂਕਿ ਇਹ ਗੁਰਮਤਿ ਸਮਾਗਮ ਭਾਗਾਂ ਦੇ ਨਾਲ ਆਪਾਂ ਨੂੰ ਮਿਲਿਆ। ਫਿਰ ਸਾਲ ਨੂੰ ਆਪਾਂ ਨੂੰ ਜਿਹੜੀਆਂ ਭਾਗਾਂ ਵਾਲੀਆਂ ਰੂਹਾਂ ਉਹਨਾਂ ਨੂੰ ਨਸੀਬ ਹੋਣਾ, ਅਤੇ ਨੌਜਵਾਨਾਂ ਵੀਰਾਂ ਵੱਲੋਂ ਪ੍ਰਬੰਧਕਾਂ ਵੱਲੋਂ ਹੁਕਮ ਹੈ। ਅੱਛਾ, ਬਾਹਰੋਂ ਵੀ ਫੋਨ ਆ ਰਹੇ ਜੀ, ਅਤੇ ਕਵਿਤਾ ਪਿੰਡਰਾਂ ਵਾਲਾ ਅੱਤਵਾਦੀ ਨਹੀਂ, ਵੀਰ ਕੁਲਵਿੰਦਰ ਸਿੰਘ ਹੋਰੀ।